ਗੱਲ ਅੱਜ ਆਪਾਂ ਯੂਰਪ ਕੰਟਰੀਜ਼ ਦੀ ਕਰਾਂਗੇ, ਕਿਉਂਕਿ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਜਿੱਥੇ ਬਾਕੀ ਕੰਟਰੀਜ਼ ਕੈਨੇਡਾ, ਆਸਟ੍ਰੇਲੀਆ, ਯੂਕੇ ਥੋੜ੍ਹੇ ਥੋੜ੍ਹੇ ਅਸੀਂ ਦੇਖ ਰਹੇ ਹਾਂ ਅਪਡੇਟ ਜਿਸ ਤਰ੍ਹਾਂ ਨਾਲ ਆ ਰਹੇ ਨੇ, ਸਟੂਡੈਂਟ ਥੋੜ੍ਹੇ ਉੱਥੋਂ ਮਾਯੂਸ ਹੁੰਦੇ ਜ਼ਰੂਰ ਨਜ਼ਰ ਆ ਰਹੇ ਨੇ, ਪਰ ਦੂਸਰੇ ਪਾਸੇ ਜਦ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਕੁਝ ਕੰਟਰੀਜ਼ ਦੀ ਗੱਲ ਕਰੀਏ ਜਿਵੇਂ ਫਰਾਂਸ ਹੈ, ਫਿਨਲੈਂਡ ਹੈ, ਹੋਰ ਵੀ ਕਈ ਆਪਸ਼ਨਸ ਨੇ ਜਿੱਥੇ ਚੰਗਾ ਸਕਸੈਸ ਰੇਟ ਵੀ ਦੇਖਣ ਨੂੰ ਮਿਲ ਰਿਹਾ ਔਰ ਸਟੂਡੈਂਟਸ ਇੱਥੇ ਫਿਊਚਰ ਨੂੰ ਲੈ ਕੇ ਵੀ ਢੇਰ ਸਾਰੀ ਚੰਗੀ ਆਪਸ਼ਨ ਜ਼ਰੂਰ ਨਜ਼ਰ ਆ ਰਹੀਆਂ ਨੇ। ਸੋ ਅੱਜ ਦੀ ਵੀਡੀਓ ਵਿੱਚ ਵੀ ਅਸੀਂ ਖਾਸ ਤੌਰ 'ਤੇ ਫਰਾਂਸ ਔਰ ਫਿਨਲੈਂਡ ਬਾਰੇ ਗੱਲ ਜ਼ਰੂਰ ਕਰਾਂਗੇ, ਹਾਲਾਂਕਿ ਪਹਿਲਾਂ ਵੀ ਇਸ ਉੱਪਰ ਅਸੀਂ ਕੁਝ ਵੀਡੀਓਜ਼ ਬਣਾਈਆਂ ਨੇ, ਪਰ ਜਿਵੇਂ ਤੁਹਾਡੇ ਸਵਾਲ ਆ ਰਹੇ ਨੇ ਉਸ ਦੇ ਅਕੋਰਡਿੰਗਲੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਵੀ ਅਸੀਂ ਆਪਣੀ ਡਿਊਟੀ ਸਮਝਦੇ ਹਾਂ, ਅਤੇ ਉਸ ਦੇ ਅਕੋਰਡਿੰਗਲੀ ਹੀ ਅੱਜ ਕਾਫੀ ਕੁਝ ਖਾਸ ਤੁਹਾਨੂੰ ਜਾਣਨ ਨੂੰ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਇਹ ਸਾਰੀ ਗੱਲਾਂ ਫਰਾਂਸ ਔਰ ਫਿਨਲੈਂਡ ਨੂੰ ਲੈ ਕੇ ਬਹੁਤ ਸਾਰੇ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਹਾਲਾਂਕਿ ਪਹਿਲਾਂ ਵੀ ਤੁਸੀਂ ਹਮੇਸ਼ਾ ਹੀ ਅਵੇਅਰ ਕਰਦੇ ਰਹਿੰਦੇ ਹੋ ਸਟੂਡੈਂਟਸ ਨੂੰ ਕਿ ਢੇਰ ਸਾਰੀਆਂ ਆਪਸ਼ਨਸ ਨੇ, ਅਤੇ ਸਟੂਡੈਂਟਸ ਨੂੰ ਸਾਰੀ ਆਪਸ਼ਨ ਜ਼ਰੂਰ ਦੇਖਣੀਆਂ, ਸਮਝਣੀਆਂ ਚਾਹੀਦੀਆਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ। ਸੋ ਅੱਜ ਜਿਵੇਂ ਕਿ ਆਪਾਂ ਯੂਰਪ ਦੀ ਗੱਲ ਕਰਦੇ ਹਾਂ, ਫਰਾਂਸ ਫਿਨਲੈਂਡ ਦੀ ਗੱਲ ਕਰਦੇ ਹਾਂ, ਤਾਂ ਕਿੰਨੀਆਂ ਕੁ ਚੰਗੀ ਆਪਸ਼ਨ ਤੁਸੀਂ ਮੰਨਦੇ ਹੋ ਫਿਊਚਰ ਸੈਟਲਮੈਂਟ ਪੁਆਇੰਟ ਆਫ ਵਿਊ ਤੋਂ ਵੀ ਅਗਰ ਦੇਖੀਏ, ਸਪੈਸ਼ਲੀ ਸਟੱਡੀ ਵੀਜ਼ਾ ਦੇ ਲਈ ਸਟੂਡੈਂਟ ਜਦੋਂ ਅੱਜ ਹੋਰ ਆਪਸ਼ਨਸ ਵੀ ਲੱਭ ਰਹੇ ਨੇ, ਤਾਂ ਕਿਵੇਂ ਦੇਖਦੇ ਹੋ ਫਰਾਂਸ ਫਿਨਲੈਂਡ ਵਰਗੀਆਂ ਇਹਨਾਂ ਕੰਟਰੀਜ਼ ਨੂੰ, ਯੂਰਪ ਨੂੰ ਵੀ ਅਗਰ ਆਪਾਂ ਓਵਰਆਲ ਦੇਖਦੇ ਹਾਂ ਤਾਂ ਕੀ ਕਹੋਗੇ? ਦੇਖੋ ਹਰਜੋ, ਜੋ ਵੀ ਸਟੂਡੈਂਟ ਹੈ ਹੁਣ ਥੋੜ੍ਹਾ ਜਿਹਾ ਹਰ ਕੰਟਰੀ ਦਾ ਇੱਕ ਸਟ੍ਰਿਕਟਨੈਸ 'ਤੇ ਆਈ ਹੈ। ਹੁਣ ਮੈਂ ਪਿੱਛੇ ਆਪਾਂ ਵੀਡੀਓ ਬਣਾਈ ਯੂਕੇ, ਜਬ ਸਪਾਊਸ ਜਾਣਾ ਚਾਹੁੰਦਾ ਮਾਸਟਰ ਬਾਏ ਰਿਸਰਚ ਆਇਲਸ ਕਰਨੀ ਪਏਗੀ, ਹੁਣ ਉਹ ਕਹਿੰਦੇ ਕਿ ਆਇਲਸ ਨਹੀਂ ਕਰ ਸਕਦੇ ਪਰ ਕੌਨਫੀਡੈਂਸ ਇੰਗਲਿਸ਼ ਬੋਲ ਲੈਂਦੇ ਹਾਂ ਅਸੀਂ, ਰਾਈਟ? ਅਤੇ ਫਿਰ ਮੈਂ ਉਹਨਾਂ ਨੂੰ ਆਪਸ਼ਨ ਦੇ ਸਕਦੀ ਹਾਂ ਫਰਾਂਸ ਦਾ MOI ਬੇਸ 'ਤੇ, ਮਾਸਟਰ ਸੋਰੀ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੇ ਉੱਪਰ, ਅਤੇ ਸਪਾਊਸ ਨਾਲ ਜਾ ਸਕਦਾ ਹੈ। ਫੀਸ 50% ਦੀ ਸਕੋਲਰਸ਼ਿਪ ਹੋ ਜਾਏਗੀ। ਹੋਰ ਤੁਹਾਨੂੰ ਪਤਾ ਕਿ ਅਰਕੀ ਜਿਹੜੇ ਹੈ ਇਸ ਵਾਰੀ ਪ੍ਰਾਈਮ ਮਿਨਿਸਟਰ ਪ੍ਰੈਜੀਡੈਂਟ ਇੱਥੇ ਫਰਾਂਸ ਦੇ ਆਏ ਸੀਗੇ ਰਿਪਬਲਿਕ ਡੇ 'ਤੇ ਇੰਡੀਆ ਦੇ ਵਿੱਚ, ਉਹਨਾਂ ਨੇ 30,000 ਵੀਜ਼ਾ ਜਿਹੜਾ ਇੰਡੀਅਨ ਸਟੂਡੈਂਟਸ ਦਾ ਡਿਕਲੇਅਰ ਕੀਤਾ। ਇਹ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ, ਜਦ ਵੀ ਕੋਈ ਇੱਦਾਂ ਦਾ ਮੌਕਾ ਆਉਂਦਾ ਨਾ ਉਸ ਟਾਈਮ ਉਹ ਓਪਰਚੁਨਿਟੀ ਇੱਕਦਮ ਗ੍ਰੈਬ ਕਰ ਲੈਣੀ ਚਾਹੀਦੀ ਆ। ਫਰਾਂਸ ਦੇ ਵਿੱਚ ਇੰਨਾ ਭੀੜ ਭੜਾਕਾ ਨਹੀਂ ਹੈ ਇੰਡੀਅਨ ਸਟੂਡੈਂਟਸ ਦਾ, ਇੱਕ ਇਹ ਤੁਹਾਨੂੰ ਬੈਨੀਫਿਟ ਮਿਲ ਸਕਦਾ। ਦੂਸਰਾ ਇਹ ਹੈ ਕਿ 50% ਫੀਸ ਦੇ ਵਿੱਚ ਜੋ ਹੋ ਰਿਹਾ 7-8 ਹਜ਼ਾਰ ਯੂਰੋ, ਉਹ ਆਲਮੋਸਟ ਤੁਸੀਂ ਸਮਝੋ ਕਿ ਬਹੁਤ ਹੀ ਮਿਨੀਮਮ ਅਮਾਊਂਟ ਹੈ ਜਿਹਦੇ ਵਿੱਚ ਹਸਬੈਂਡ ਵਾਈਫ ਦੋਨੋਂ ਹੀ ਮੌਕਾ ਹੈ ਇਕੱਠੇ ਜਾਣ ਦਾ। ਤੁਹਾਡਾ ਮੈਨੂੰ ਲੱਗਦਾ 6-7 ਲੱਖ ਦੀ ਸਾਰੀ ਫੀਸ ਆਏਗੀ ਜੋ ਉਹਦੀ ਕੈਲਕੂਲੇਸ਼ਨ ਕਰਨੇ ਆ। ਫੰਡਸ ਜਿਹੜੇ ਆ 12-15 ਲੱਖ ਰੁਪਏ ਖਾਲੀ ਦਿਖਾਉਣੇ ਆ, ਕੋਈ ਇਹ ਨਹੀਂ ਕਿ ਬੜੇ ਪੁਰਾਣੇ ਦਿਖਾਉਣੇ ਆ ਜਾਂ ਕੁਛ, ਉਹ ਵੀ ਕੋਈ ਚੱਕਰ ਨਹੀਂ ਆ। ਹਾਂ, ਡੇਟ ਲੈ ਕੇ ਜਿਹੜਾ ਇਹਨਾਂ ਦੀ ਇੰਟਰਵਿਊ ਜ਼ਰੂਰ ਹੋਏਗੀ ਫਰਾਂਸ ਅੰਬੈਸੀ ਦੇ ਵਿੱਚ, VFS ਦੇ ਥਰੂ ਹੀ ਹੁੰਦੀ ਹੈ, ਅਤੇ ਉਹ ਵੀ ਕੋਈ ਇੰਨੀ ਬੜੀ ਗੱਲ ਨਹੀਂ ਹੈ। ਬਾਕੀ ਇਹ ਇੱਕ ਗੋਲਡਨ ਅਪਰਚੁਨਿਟੀ ਹੈ, ਕਿਉਂਕਿ ਪਿੱਛੇ ਜਿਹੜਾ ਡਿਕਲੇਅਰ ਹੋਇਆ ਸੀਗਾ ਮਾਸਟਰਸ ਪ੍ਰੋਗਰਾਮ ਦੇ ਜਾਂ ਮਾਸਟਰ ਬਾਈ ਰਿਸਰਚ ਦੇ ਜਿਹੜੇ ਹੈ, ਫਰਾਂਸ ਗੌਰਮੈਂਟ ਨੇ ਕਿਹਾ ਸੀਗਾ ਕਿ ਪੋਸਟ ਸਟੱਡੀ ਵਰਕ ਪਰਮਿਟ ਅਪ ਟੂ 5 ਈਅਰਸ, ਅਤੇ ਉਹ ਵੀ ਸੰਭਾਵਨਾ ਹੈ। ਤੁਹਾਡੀ ਜਿਹੜੀ ਪਰਸੈਂਟੇਜ 60% ਹੋਣੀ ਚਾਹੀਦੀ ਹੈ। ਆਇਲਸ ਦੀ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ, ਕੀਤੀ ਹੋਏ ਠੀਕ ਹੈ, ਨਹੀਂ ਕੀਤੀ ਹੋਏ ਤਾਂ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦਾ ਤੁਹਾਡਾ ਹੋਣਾ ਚਾਹੀਦਾ। ਸਪਾਊਸ ਨਾਲ ਜਾ ਸਕਦਾ, ਔਰ ਜਿਹੜੇ ਬੱਚੇ ਅੰਡਰ ਗ੍ਰੈਡ ਦੇ ਆ ਉਹ ਵੀ ਅਪਲਾਈ ਕਰ ਸਕਦੇ ਆ। ਕੋਰਸਿਸ ਜਿਹੜੇ ਆ ਗ੍ਰੈਜੂਏਸ਼ਨ ਜਾਂ ਮਾਸਟਰਸ ਦੇ,
ਉਹਦੇ ਵਿੱਚ ਤੁਹਾਡੇ ਜਿਹੜੇ ਰਿਲੇਟਿਡ ਕਾਮਰਸ ਦੇ ਰਿਲੇਟਿਡ MBA ਵਗੈਰਾ ਮਿਲ ਜਾਣਗੇ, ਜਾਂ ਬੈਚੁਲਰ ਆਫ ਬਿਜ਼ਨਸ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਆਰਟੀਫਿਸ਼ਲ ਇੰਟੈਲੀਜੈਂਸ, ਡਾਟਾ ਸਾਇੰਸ, ਜਿਹੜੇ ਮਤਲਬ ਮੇਨ ਕੋਰਸਿਸ ਚੱਲਦੇ ਹੈ ਜਿਨ੍ਹਾਂ ਦੇ ਨਾਲ ਜੋਬ ਮਾਰਕੀਟ ਬਹੁਤ ਅੱਛੀ ਹੈ, ਕਿਉਂਕਿ ਕੋਈ ਵੀ ਯੂਨੀਵਰਸਿਟੀ ਜਾਂ ਕੋਰਸ ਕੋਈ ਸਟੂਡੈਂਟ ਨੂੰ ਦੇਗੀ ਜਾਂ ਅੱਛੀ ਯੂਨੀਵਰਸਿਟੀ, ਉਹ ਜੋਬ ਮਾਰਕੀਟ ਦੇ ਹਿਸਾਬ ਦੇ ਨਾਲ ਹੀ ਹੋਏਗਾ, ਕਿਉਂਕਿ ਉਹ ਕੋਰਸ ਕਰਕੇ ਜਿਹੜਾ ਤੁਸੀਂ ਜੋਬ ਇਮੀਡੀਏਟ ਲੈ ਸਕੋ। ਔਰ ਯੂਰਪ ਦੇ ਵਿੱਚ ਤੁਹਾਨੂੰ ਜੇ ਜੋਬ ਮਿਲ ਜਾਂਦੀ ਹੈ ਤਾਂ ਤੁਹਾਡੀ ਸੈਟਲਮੈਂਟ ਬਹੁਤ ਈਜ਼ੀ ਹੈ। ਤੁਸੀਂ ਇਹ ਦੇਖੋ, ਜੇ ਮੈਂ ਇਹ ਪੂਰੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ, 7-8 thousand ਦੇ ਨੇੜੇ ਤੇੜੇ ਜੇ ਫੀਸ ਹੈ ਤਾਂ 6-6.5 lakh 'ਚ ਤੁਸੀਂ ਫਰਾਂਸ ਜੈਸੀ ਕੰਟਰੀ ਦੇ ਵਿੱਚ ਜਾ ਸਕਦੇ ਹੋ। ਔਰ ਜੇ ਮੈਰਿਡ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ, ਜੇ ਤੁਹਾਡਾ ਬੱਚਾ ਹੈ ਤਾਂ ਤੁਸੀਂ ਉਹਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਇੰਨੀ ਕੁ ਆਪਸ਼ਨ ਸ਼ਾਇਦ ਕੋਈ ਕੰਟਰੀ ਇੰਨੀ ਘੱਟ ਫੀਸ 'ਚ ਤੁਹਾਨੂੰ ਦੇਗੀ। ਹੁਣ ਤੁਸੀਂ ਨੈਕਸਟ ਗੱਲ ਕਹੀ ਫਿਨਲੈਂਡ ਦੀ, ਫਿਨਲੈਂਡ ਦੇ ਵਿੱਚ ਵੀ ਮਾਸਟਰਸ ਦੇ ਵਾਸਤੇ ਅਸੀਂ ਵਿਦਆਊਟ ਆਇਲਸ ਲੈ ਸਕਦੇ ਹਾਂ, ਬਟ ਗ੍ਰੈਜੂਏਸ਼ਨ ਦਾ ਜਿਹੜਾ ਬੱਚਾ ਉਹਦੇ ਵਾਸਤੇ ਸਾਨੂੰ 5.5-6 band ਆਇਲਸ ਦੇ ਚਾਹੀਦੇ ਆ। ਜਿਹੜਾ ਫੰਡ ਹੈ ਬਹੁਤ ਘੱਟ ਜਾਂ ਮਾਮੂਲੀ ਦਿਖਾਉਂਦੇ ਹਾਂ, ਕੋਈ ਇੰਨੀ ਵੱਡੀ ਗੱਲ ਨਹੀਂ ਹੈ। ਉੱਥੇ ਵੀ ਅਸੀਂ ਜਿਹੜਾ ਮਾਸਟਰਸ ਦਾ ਹੈ ਬੱਚਾ ਸਪਾਊਸ ਦੇ ਨਾਲ ਵਿਦਆਊਟ ਆਇਲਸ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੇ ਅਸੀਂ ਲੈ ਸਕਦੇ ਹਾਂ। ਫਰਾਂਸ ਦੇ ਵਿੱਚ ਸਾਡੇ ਕੋਲ ਮਈ ਦੀ ਆਪਸ਼ਨ ਹੈ, ਲੇਕਿਨ ਫਿਨਲੈਂਡ ਦੇ ਵਿੱਚ ਸੈਪਟੈਂਬਰ ਦੀ, ਫਿਨਲੈਂਡ ਦੀ ਹੁਣ ਜਿਹੜੇ ਇਸ ਮਹੀਨੇ ਲਾਸਟ ਦੇ ਵਿੱਚ ਡੈਡਲਾਈਨ, ਮੀਨਸ ਉਸ ਦੇ ਬਾਅਦ ਉਹ ਬੱਚੇ ਨਹੀਂ ਲੈ। ਜੀ ਬਿਲਕੁਲ, ਦੇਖੋ ਬਹੁਤ ਅੱਛੀ ਆਪਸ਼ਨ, ਜਿਵੇਂ ਕਿ ਮੈਮ ਨੇ ਕਈ ਸਾਰੇ ਪੁਆਇੰਟ ਤੁਹਾਨੂੰ ਦੱਸੇ ਨੇ ਕਿ ਕਿਉਂ ਤੁਹਾਨੂੰ ਅੱਜ ਹੀ ਟਾਈਮ ਦੇ ਨਾਲ ਜੋ ਹੈ ਸਹੀ ਡਿਸੀਜ਼ਨ ਲੈ ਲੈਣਾ ਚਾਹੀਦਾ ਹੈ, ਖਾਸ ਤੌਰ 'ਤੇ ਜਦੋਂ ਆਪਾਂ ਫਰਾਂਸ ਦੀ ਵੀ ਗੱਲ ਕਰਦੇ ਹਾਂ, ਫਿਨਲੈਂਡ ਦੀ ਗੱਲ ਕਰਦੇ ਹਾਂ, ਓਵਰਆਲ ਆਪਾਂ ਯੂਰਪ ਦੀ ਗੱਲ ਕਰਦੇ ਹਾਂ। ਸੋ ਤੁਹਾਡਾ ਕੋਈ ਵੀ ਸਵਾਲ ਹੈ, ਅਗਰ ਤੁਸੀਂ ਹੋਰ ਸਮਝਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰ ਓਵਰਸੀਜ਼ ਐਪ ਪਰ ਕਾਲ ਕਰਕੇ ਵੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਨੈਵੀਗੇਟਰ ਓਵਰਸੀਜ਼ ਦੇ, ਔਰ ਫਿਰ ਜੇਕਰ ਤੁਸੀਂ ਵਿਜ਼ਿਟ ਕਰਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਉਹਨਾਂ ਦੀ ਅਸੈਸਮੈਂਟ ਕੀਤੀ ਜਾ ਸਕੇ ਅਤੇ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ, ਤੁਹਾਡੀ ਪਰਸੈਂਟੇਜ, ਤੁਹਾਡੇ ਸਬਜੈਕਟਸ ਦੇ ਅਕੋਰਡਿੰਗਲੀ ਤੁਹਾਨੂੰ ਸਹੀ ਆਪਸ਼ਨ ਜੋ ਹੈ ਗਾਈਡ ਕੀਤੀਆਂ ਜਾ ਸਕਣ ਅੱਗੋਂ ਲਈ। ਬਹੁਤ ਬਹੁਤ ਥੈਂਕਸ ਮੈਮ, ਤੁਸੀਂ ਵਾਕਈ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਇਹੋ ਜਿਹੀ ਆਪਸ਼ਨ ਜਾਣਨਾ ਚਾਹੁੰਦੇ ਨੇ ਕਿ ਅਸੀਂ ਹੋਰ ਕਿਹੜੀ ਬੈਸਟ ਆਪਸ਼ਨਸ ਵੱਲ ਅੱਗੇ ਵੱਧ ਸਕਦੇ ਹਾਂ, ਅਤੇ ਉਹਨਾਂ ਵਿੱਚੋਂ ਹੀ ਚੰਗੀਆਂ ਆਪਸ਼ਨਸ ਨੇ ਜਿਹੜੀਆਂ ਅੱਜ ਤੁਸੀਂ ਸਟੂਡੈਂਟਸ ਨੂੰ ਸਮਝਾਈਆਂ ਨੇ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।